ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ 'ਤੇ। ਤਾਂ ਦੋਸਤੋ, ਆਪਾਂ ਲੈ ਕੇ ਹਾਜ਼ਰ ਹਾਂ ਅੱਜ ਹੋਣ ਵਾਲੇ ਕਬੱਡੀ ਟੂਰਨਾਮੈਂਟਾਂ ਦੀ ਕੁਝ ਅਪਡੇਟ। ਸੋ ਦੋਸਤੋ, ਅੱਜ ਵੀ 3 ਟੌਪ ਦੇ ਕਬੱਡੀ ਕੱਪ ਨੇ, ਸੋ ਉਹਨਾਂ ਬਾਰੇ ਆਪਾਂ ਦੇਖਾਂਗੇ ਅਤੇ ਹੋਰ ਵੀ ਕਬੱਡੀ ਦੇ ਮੈਚ ਹੈਗੇ ਨੇ। ਤਾਂ ਦੋਸਤੋ, ਅੱਜ ਸਭ ਤੋਂ ਪਹਿਲਾਂ ਮੇਜਰ ਲੀਗ ਦਾ ਵੱਡਾ ਕਬੱਡੀ ਕੱਪ ਹੋਣ ਜਾ ਰਿਹਾ ਹੈ ਪਿੰਡ ਡੱਫਰ ਵਿਖੇ, ਜ਼ਿਲ੍ਹਾ ਹੁਸ਼ਿਆਰਪੁਰ। ਇੱਥੇ ਦੋਸਤੋ ਅੱਜ ਮੇਜਰ ਲੀਗ ਦੀਆਂ ਟੀਮਾਂ ਦੇ ਲਈ ਪਹਿਲਾ ਇਨਾਮ 2.5 ਲੱਖ, ਦੂਜਾ ਇਨਾਮ 2 ਲੱਖ, ਬੈਸਟਾਂ ਨੂੰ 52-52 ਹਜ਼ਾਰ। ਸੋ ਦੋਸਤੋ, ਅੱਜ ਮੇਜਰ ਲੀਗ ਦੇ ਸਾਰੇ ਖਿਡਾਰੀ ਇੱਥੇ ਖੇਡਣਗੇ। ਅੰਬੇ ਹੋਰੀ, ਦੀਪ ਹੋਰੀ, ਖੁਸ਼ੀ ਹੋਰੀ, ਗਗਨ ਹੋਰੀ, ਭੂਰੀਆ ਸੀਸਰ ਹੋਰੀ, ਕੁਲਵਿੰਦਰ ਹੋਰੀ ਅਤੇ ਹੋਰ ਟੌਪ ਦੇ ਪਲੇਅਰ ਖੇਡਣਗੇ। ਤਾਂ ਦੋਸਤੋ, ਇਹਨਾਂ ਮੈਚਾਂ ਦਾ ਲਾਈਵ ਚੱਲੇਗਾ MLK ਦੇ ਯੂਟਿਊਬ ਚੈਨਲ 'ਤੇ। ਉਸ ਤੋਂ ਅੱਗੇ ਦੋਸਤੋ, ਅੱਜ ਇੱਕ ਹੋਰ ਵਧੀਆ ਕਬੱਡੀ ਕੱਪ ਹੋਵੇਗਾ ਪਿੰਡ ਰਾਮਪੁਰ, ਜ਼ਿਲ੍ਹਾ ਲੁਧਿਆਣਾ ਵਿਖੇ। ਇੱਥੇ ਦੋਸਤੋ ਅੱਜ ਕਬੱਡੀ ਓਪਨ ਦੇ ਮੈਚ ਕਰਵਾਏ ਜਾਣਗੇ। ਓਪਨ ਕਬੱਡੀ ਦੇ ਲਈ ਪਹਿਲਾ ਇਨਾਮ 6 ਲੱਖ ਰੁਪਇਆ, ਦੂਜਾ ਇਨਾਮ 75 ਹਜ਼ਾਰ ਅਤੇ ਬੈਸਟਾਂ ਨੂੰ ਇੱਥੇ 31-31 ਹਜ਼ਾਰ ਰੁਪਏ ਦਿੱਤਾ ਜਾਵੇਗਾ। ਤਾਂ ਦੋਸਤੋ, ਅੱਜ ਇੱਥੇ ਵੀ ਵਧੀਆ ਟੀਮਾਂ ਪਹੁੰਚਣੀਆਂ ਨੇ। ਬਾਕੀ ਅੱਜ ਇੱਥੇ ਅਮਰੀਕ ਖੋਸਾ ਕੋਟਲਾ ਅਤੇ ਰੁਪਿੰਦਰ ਜਲਾਲ ਹੋਰੀ ਵੀ ਪਹੁੰਚ ਰਹੇ ਨੇ। ਤਾਂ ਦੋਸਤੋ, ਇਹਨਾਂ ਮੈਚਾਂ ਦਾ ਲਾਈਵ ਚੱਲੇਗਾ ਕਬੱਡੀ 365 'ਤੇ। ਉਸ ਤੋਂ ਅੱਗੇ ਦੋਸਤੋ, ਅੱਜ ਇੱਕ ਹੋਰ ਵਧੀਆ ਕਬੱਡੀ ਕੱਪ ਹੋਣਾ ਹੈ ਪਿੰਡ ਘੱਸ, ਹਲਕਾ ਬਟਾਲਾ ਵਿਖੇ। ਇੱਥੇ ਦੋਸਤੋ ਅੱਜ ਆਲ ਓਪਨ ਦੇ 4 ਕਲੱਬਾਂ ਦੇ ਮੈਚ ਕਰਵਾਏ ਜਾਣਗੇ, ਜਿਸ ਦੇ ਵਿੱਚ ਕਬੱਡੀ ਕਲੱਬ ਸੁਰਖਪੁਰ, DAV ਕਬੱਡੀ ਕਲੱਬ ਕੈਲੀਫੋਰਨੀਆ, ਰੋਇਲ ਕਿੰਗ ਕਬੱਡੀ ਕਲੱਬ USA ਅਤੇ ਫਗਵਾੜਾ ਟਾਈਗਰ ਦੀਆਂ ਟੀਮਾਂ ਨੇ ਅੱਜ ਇੱਥੇ ਖੇਡਣਾ ਹੈ। ਇਹਨਾਂ ਟੀਮਾਂ ਦੇ ਲਈ ਪਹਿਲਾ ਇਨਾਮ 6 ਲੱਖ ਰੁਪਇਆ, ਦੂਜਾ ਇਨਾਮ 75 ਹਜ਼ਾਰ ਅਤੇ ਬੈਸਟਾਂ ਨੂੰ ਇੱਥੇ 21-21 ਹਜ਼ਾਰ, ਜਦੋਂ ਕਿ ਪਾਰਟੀਸਪੇਸ਼ਨ ਟੀਮਾਂ ਨੂੰ ਵੀ 67-67 ਹਜ਼ਾਰ ਰੁਪਏ ਇੱਥੇ ਦਿੱਤਾ ਜਾਵੇਗਾ। ਤਾਂ ਦੋਸਤੋ, ਇਹਨਾਂ ਮੈਚਾਂ ਦਾ ਲਾਈਵ ਚੱਲੇਗਾ ਪੰਜਾਬ ਲੈ ਬੰਦ 'ਤੇ। ਉਸ ਤੋਂ ਅੱਗੇ ਦੋਸਤੋ, ਅੱਜ ਕਬੱਡੀ ਦੇ ਮੈਚ ਕਰਵਾਏ ਜਾਣਗੇ ਪਿੰਡ ਮਾਲਵਾ, ਅੰਬਾਲਾ ਵਿਖੇ। ਇੱਥੇ ਅੱਜ ਓਪਨ ਕਬੱਡੀ ਦੇ ਮੈਚ ਕਰਵਾਏ ਜਾਣਗੇ ਅਤੇ 3 ਖਿਡਾਰੀ ਬਾਹਰੋਂ ਖੇਡ ਸਕਦੇ ਨੇ। ਓਪਨ ਕਬੱਡੀ ਦੇ ਲਈ ਪਹਿਲਾ ਇਨਾਮ 61 ਹਜ਼ਾਰ, ਦੂਜਾ ਇਨਾਮ 41 ਹਜ਼ਾਰ ਅਤੇ ਬੈਸਟਾਂ ਨੂੰ ਇੱਥੇ LED ਦਿੱਤੀਆਂ ਜਾਣਗੀਆਂ। ਤਾਂ ਦੋਸਤੋ, ਇਹਨਾਂ ਮੈਚਾਂ ਦਾ ਲਾਈਵ ਚੱਲੇਗਾ ਕਬੱਡੀ 1-2-3 'ਤੇ। ਉਸ ਤੋਂ ਅੱਗੇ ਦੋਸਤੋ, ਅੱਜ ਕਬੱਡੀ ਦੇ ਮੈਚ ਹੋਣਗੇ ਪਿੰਡ ਬੁੰਡਾਲਾ ਮੰਜਕੀ, ਜ਼ਿਲ੍ਹਾ ਜਲੰਧਰ ਵਿਖੇ। ਇੱਥੇ ਵੀ ਦੋਸਤੋ ਅੱਜ ਓਪਨ ਕਬੱਡੀ ਦੇ ਮੈਚ ਕਰਵਾਏ ਜਾਣਗੇ ਅਤੇ ਜ਼ਿਆਦਾ ਜਾਣਕਾਰੀ ਇਹਨਾਂ ਨੇ ਪੋਸਟਰ ਦੇ ਉੱਪਰ ਦਿੱਤੀ ਨਹੀਂ। ਇੱਥੇ ਓਪਨ ਕਬੱਡੀ ਦੇ ਬੈਸਟਾਂ ਨੂੰ 21-21 ਹਜ਼ਾਰ ਰੁਪਏ ਦਿੱਤਾ ਜਾਵੇਗਾ। ਉਸ ਤੋਂ ਅੱਗੇ ਬਾਈ ਜੀ, ਅੱਜ ਕਬੱਡੀ ਦੇ ਮੈਚ ਕਰਵਾਏ ਜਾਣਗੇ ਪਿੰਡ ਝਾੜੀਵਾਲਾ, ਜ਼ਿਲ੍ਹਾ ਫਿਰੋਜ਼ਪੁਰ ਵਿਖੇ। ਇੱਥੇ ਅੱਜ 75 ਕਿੱਲੋ ਦੇ ਮੈਚ ਕਰਵਾਏ ਜਾਣਗੇ ਅਤੇ 2 ਖਿਡਾਰੀ ਬਾਹਰੋਂ ਖੇਡ ਸਕਦੇ ਨੇ। ਇੱਥੇ ਅੱਜ 75 ਕਿੱਲੋ ਦੇ ਮੈਚ ਕਰਵਾਏ ਜਾਣਗੇ ਅਤੇ 2 ਖਿਡਾਰੀ ਬਾਹਰੋਂ ਖੇਡ ਸਕਦੇ ਨੇ। 75 ਕਿੱਲੋ ਦੇ ਲਈ ਪਹਿਲਾ ਇਨਾਮ ਇੱਥੇ 21 ਹਜ਼ਾਰ, ਦੂਜਾ ਇਨਾਮ 15 ਹਜ਼ਾਰ, ਜਦੋਂ ਕਿ ਬੈਸਟਾਂ ਨੂੰ ਇੱਥੇ ਕੱਪ ਦਿੱਤੇ ਜਾਣਗੇ। ਤਾਂ ਦੋਸਤੋ, ਇਹਨਾਂ ਮੈਚਾਂ ਦਾ ਲਾਈਵ ਚੱਲੇਗਾ ਕਬੱਡੀ 4K 'ਤੇ। ਉਸ ਤੋਂ ਅੱਗੇ ਦੋਸਤੋ, ਅੱਜ ਕਬੱਡੀ ਦੇ ਮੈਚ ਕਰਵਾਏ ਜਾਣਗੇ ਪਿੰਡ ਬਾੜਾ ਭਾਈਕਾ, ਨੇੜੇ ਬਾਜਾਖਾਨਾ, ਜ਼ਿਲ੍ਹਾ ਫਰੀਦਕੋਟ ਵਿਖੇ। ਇੱਥੇ ਅੱਜ 75 ਕਿੱਲੋ ਅਤੇ 55 ਕਿੱਲੋ ਦੇ ਮੈਚ ਕਰਵਾਏ ਜਾਣਗੇ ਅਤੇ 2-2 ਖਿਡਾਰੀ ਬਾਹਰੋਂ ਖੇਡ ਸਕਦੇ ਨੇ। 75 ਕਿੱਲੋ ਦੇ ਲਈ ਪਹਿਲਾ ਇਨਾਮ 17 ਹਜ਼ਾਰ, ਦੂਜਾ ਇਨਾਮ 11 ਹਜ਼ਾਰ
ਉੱਥੇ ਹੀ 55 ਕਿਲੋ ਦੇ ਲਈ ਪਹਿਲਾ ਇਨਾਮ ਇੱਥੇ 5,500 ਅਤੇ ਦੂਜਾ ਇਨਾਮ ਇੱਥੇ 4,100 ਰੁਪਇਆ ਰੱਖਿਆ ਗਿਆ ਹੈ। ਤਾਂ ਇਹ ਸੀ ਦੋਸਤੋ ਅੱਜ ਹੋਣ ਵਾਲੇ ਕੁਝ ਕਬੱਡੀ ਦੇ ਮੈਚ। ਬਾਕੀ ਹੋਰ ਆਉਣ ਵਾਲੇ ਕਬੱਡੀ ਕੱਪਾਂ ਦੀ ਜਾਣਕਾਰੀ ਦੇ ਲਈ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਬਾਕੀ ਬਾਈ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ।